ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਸਾਨਾਂ ਦੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਉਹ ਅਪੀਲ ਕਰਦੇ ਨੇ ਕਿ ਜਲਦ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਿਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 26 ਜਨਵਰੀ ਦੇ ਟਰੈਕਟਰ ਮਾਰਚ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਟਰੈਕਟਰ ਮਾਰਚ ਸੰਬੰਧੀ ਕੋਈ ਵੀ ਸੱਦਾ ਨਹੀਂ ਦਿੱਤਾ ਗਿਆ। ਨਾਲ ਹੀ ਉਹਨਾਂ ਨੇ ਕਿਹਾ ਕਿ 26 ਜਨਵਰੀ ਦਾ ਦਿਨ ਇੱਕ ਇਤਿਹਾਸਕ ਦਿਨ ਹੈ ਤੇ ਇਸ ਦਿਨ ਦੇ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਇਸ ਨੂੰ ਹਲਕਾ ਫੁਲਕਾ ਨਹੀਂ ਸਮਝਣਾ ਚਾਹੀਦਾ। ਉਹਨਾਂ ਸਾਫ਼ ਕਿਹਾ ਕਿ ਜਦੋਂ ਕਿਸਾਨ ਇਸ ਦਿਨ ਅੱਗੇ ਵਧਣਗੇ ਤਾਂ ਸਰਕਾਰ ਆਪਣਾ ਕੰਮ ਜ਼ਰੂਰ ਕਰੇਗੀ। ਉਹਨਾਂ ਇਹ ਵੀ ਕਹਿ ਦਿੱਤਾ ਕਿ ਇੱਕ ਇੱਕ ਜਾਨ ਕੀਮਤੀ ਹੈ, ਐਸਾ ਕੋਈ ਵੀ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਕੋਈ ਜਾਨੀ ਨੁਕਸਾਨ ਹੋਵੇ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕਿਸਾਨਾਂ ਨੂੰ ਟਰੈਕਟਰ ਮਾਰਚ ਕਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਜ਼ਰੂਰ ਕੀਤੀ ਹੈ। ਇਸ ਦੇ ਨਾਲ ਹੀ 26 ਜਨਵਰੀ ਦੇ ਟਰੈਕਟਰ ਮਾਰਚ ਸੰਬੰਧੀ ਕੋਈ ਸੱਦਾ ਪੱਤਰ ਨਾ ਭੇਜਣ ਦੀ ਗੱਲ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਸਾਬਿਤ ਕਰ ਦਿੱਤਾ ਕਿ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਉਹ ਤਾਂ ਹੀ ਦਾਖਲ ਹੋਣਗੇ ਜੇਕਰ ਕਿਸਾਨ ਉਹਨਾਂ ਨੂੰ ਕੋਈ ਸੱਦਾ ਭੇਜਣਗੇ। ਬਿਲਕੁਲ ਕਲੀਅਰ ਹੈ ਕਿ ਕੇਂਦਰ ਸਰਕਾਰ ਨੇ ਇਹਦਾ ਸਿੱਟਾ ਕੱਢਣ ਦਾ ਕੋਈ ਇਰਾਦਾ ਹੀ ਨਹੀਂ ਸੀ। ਜੇ ਕੋਈ ਇਰਾਦਾ ਹੁੰਦਾ ਤਾਂ ਫਿਰ 3 ਜੂਨ ਤੋਂ ਲਗਾਤਾਰ ਜਦ ਮੈਂ ਮੁੱਦਾ ਚੱਕਦੀ ਰਹੀ, ਆਹੀ ਬੇਨਤੀ ਕਰਦੀ ਰਹੀ ਕਿ ਗੱਲਬਾਤ ਕਰ ਲਓ, ਸ਼ੰਕੇ ਦੂਰ ਕਰ ਲਓ, ਉਸ ਸਮੇਂ ਨਹੀਂ ਕੀਤਾ ਤਾਂ 1.5 ਮਹੀਨਾ ਲੋਕਾਂ ਨੂੰ ਠੰਡ 'ਚ ਸੜਕਾਂ 'ਚ ਬਿਠਾ ਕੇ 70 ਮੌਤਾਂ ਕਰਕੇ ਅੱਜ ਵੀ ਕਿਸੇ ਨਤੀਜੇ 'ਚ ਨਹੀਂ ਪਹੁੰਚੇ ਨੇ। ਇਹ ਸਾਫ਼ ਹੈ ਕਿ ਉਹਨਾਂ ਦਾ ਇਰਾਦਾ ਨਹੀਂ ਸੀ, ਜਿਹਦੇ ਕਰਕੇ ਪਿਛਲੇ ਮੀਟਿੰਗ 'ਚ ਕਿਹਾ ਕਿ ਅਦਾਲਤ 'ਚ ਚਲੇ ਜਾਓ। ਕੋਈ ਇਲੈਕਟਿਡ ਸਰਕਾਰ ਲੋਕਾਂ ਨੂੰ ਕੋਈ ਅਦਾਲਤ 'ਚ ਜਾਓ, ਇਹ ਸਾਫ਼ ਕਲੀਅਰ ਹੈਗਾ ਕਿ ਸਮੇਂ ਬਰਬਾਦ ਕਰਨ ਦਾ ਇਹਨਾਂ ਦਾ ਇਰਾਦਾ ਹੈ ਅਤੇ ਲੋਕਾਂ ਦੀ ਜਿਨ੍ਹਾਂ ਦੀ ਜਾਨਾਂ ਜਾ ਰਹੀ ਉਹਨਾਂ ਦੀ ਕੱਖ ਪਰਵਾਹ ਨਹੀਂ ਹੈਗੀ। ਇਸ ਤੋਂ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ? ਦੇਖੋ, ਜਦ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਇੱਕ ਡੈਮੋਕਰੈਟਿਕ ਰਾਈਟ ਹੁੰਦੀ ਹੈ, ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ ਜਿਹੜਾ ਉਹਨਾਂ ਤੋਂ ਬਿਨੇ ਪੁੱਛੇ ਬਣਾਏ ਗਏ ਨੇ, ਉਹਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਬਣਦਾ ਹੈ। ਇਸ ਹੱਕ ਨੂੰ ਜਦ ਉਹ ਅਦਾ ਕਰਦੇ, ਤੁਸੀਂ ਉਹਨਾਂ ਦੇ ਉੱਤੇ ਪਾਣੀ ਦੀ ਬੁਛਾਰਾ ਅਤੇ ਅਥਰੂ ਗੈਸ ਸਿੱਟੋਗੇ, ਫਿਰ ਤੁਸੀਂ ਲੋਕਾਂ ਨੂੰ ਧੱਕ ਰਹੇ ਹੋ ਕਿ ਤੁਸੀਂ ਇੱਕ ਸ਼ਾਂਤਮਈ ਤਰੀਕੇ ਨਹੀਂ ਅਸ਼ਾਂਤੀ ਦੀ ਤਰਫ ਸਰਕਾਰ ਅਤੇ ਉਹ ਆਪਣੇ ਪੁਲਿਸ ਦੇ ਰਾਹੀਂ ਉਹਨਾਂ ਨੂੰ ਧੱਕ ਰਹੀ ਹੈ। ਅੱਜ ਮੈਂ ਆਹੀ ਬੇਨਤੀ ਕਰਾਂਗੀ ਕਿ ਇਸ ਸਰਕਾਰ ਦੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਕਾਮਯਾਬ ਹੋਣ, ਲੋਕ ਨਾ ਦੇਣ। ਬਹੁਤ ਵਧੀਆ ਅਤੇ ਬਹੁਤ ਵੱਡਾ ਸੰਘਰਸ਼ ਲੋਕਾਂ ਨੇ ਕੀਤਾ ਹੈਗਾ, ਦੁਨੀਆ ਭਰ 'ਚ ਇਹਦੀ ਸ਼ਲਾਘਾ ਹੋਈ ਹੈ। ਲੇਕਿਨ ਹੁਣ ਸਰਕਾਰ ਨੇ ਹਰ ਤਰ੍ਹਾਂ ਦੇ ਹੱਥਕੰਡੇ ਜਿਵੇਂ ਪਹਿਲੇ ਅਪਣਾਉਂਦੇ ਰਹੇ ਨੇ, ਹੁਣ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਲੋਕਾਂ ਨੂੰ ਇਸ ਸੰਘਰਸ਼ ਨੂੰ ਬਦਨਾਮ ਕਰਨ ਵਾਸਤੇ ਇਹੋ ਜਿਹੀ ਹਰਕਤਾਂ ਹੋਣ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਇਹ ਸੰਘਰਸ਼ ਦੀ ਬਦਨਾਮੀ ਹੋਏ। ਜਿਹਦੇ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਸੰਘਰਸ਼ ਨੂੰ ਸ਼ਾਂਤਮਈ ਰੱਖਣਾ, ਜਿਹੜਾ ਤੁਸੀਂ ਤੁਹਾਡਾ ਇਹ ਅੰਦੋਲਨ ਰਿਹਾ ਬਹੁਤ ਵਧੀਆ ਰਿਹਾ, ਤੁਸੀਂ ਉਹਦੇ 'ਚ ਡਟੇ ਰਹੋ ਅਤੇ ਸਰਕਾਰ ਜਦ ਆਪਣਾ ਇਹੋ ਜਿਹੇ ਕੰਮਕਾਜ ਕਰੂਗੀ ਬਦਨਾਮੀ ਸਰਕਾਰ ਦੀ ਹੋਊਗੀ। ਤਾਂ ਸਰਕਾਰ ਨੂੰ ਇੱਕ ਵਾਰ ਫਿਰ ਅਪੀਲ ਕਰਦੀ ਹਾਂ, ਕੱਲ੍ਹ ਮੈਂ ਆਪਣੇ ਇਲਾਕੇ ਦੇ 3 ਪਰਿਵਾਰਾਂ ਦੇ ਕੋਲ ਹੋ ਕੇ ਆਈ, 70 ਬੰਦੇ ਜਿਨ੍ਹਾਂ ਦੀ ਮੌਤ ਹੋਈ ਹੈ, ਇਹ ਕਿਸੇ ਦਾ ਪੁੱਤ, ਕਿਸੇ ਦਾ ਪਿਓ, ਕਿਸੇ ਦਾ ਭਰਾ ਅਤੇ ਬਜ਼ੁਰਗ ਮਾਤਾਵਾਂ, ਕਿਸੇ ਦੀ ਮਾਵਾਂ ਹੈਗੀਆਂ। ਇਕਲੌਤੇ ਪੁੱਤ 9-9 ਸਾਲ ਬਾਅਦ ਅਰਦਾਸਾਂ ਬੇਨਤੀਆਂ ਕਰਕੇ ਜਿਹਨੂੰ ਬੱਚਾ ਹੋਇਆ, ਅੱਜ 18 ਸਾਲ ਦਾ ਉਹ ਬੱਚਾ ਉੱਥੋਂ ਸ਼ਹਾਦਤ ਲੈ ਗਿਆ। 23 ਸਾਲ ਦਾ ਇਕੱਲਾ ਮੁੰਡਾ ਪਰਿਵਾਰ 'ਚ ਉਹਦੀ ਸ਼ਹਾਦਤ ਹੋ ਗਈ। 45 ਸਾਲ ਦਾ ਇੱਕ ਪਿਓ ਜਿਹਦੀ ਵਾਈਫ ਹੈਂਡੀਕੈਪ ਹੈ ਅਤੇ 2 ਨਿੱਕੇ ਬੱਚੇ ਨੇ, ਕੋਈ ਆਮਦਨ ਦਾ ਸਹਾਰਾ। ਕਿਉਂ ਆਪਾਂ ਇਹੋ ਜਿਹੇ ਲੋਕਾਂ ਨੂੰ ਮਾਰ ਰਹੇ ਹਾਂ? ਆਪਣਾ ਫਰਜ਼ ਅਦਾ ਕਰੋ, ਕੋਈ ਕਾਨੂੰਨ ਵਾਪਸ ਲੈ ਕੇ ਉਹਨੂੰ ਚੰਗਾ ਬਣਾ ਕੇ ਲੈ ਕੇ ਲੋਕਾਂ ਦੇ ਕੋਲ ਆਏ। ਤੁਹਾਡੇ ਉੱਤੇ ਕੀ ਪ੍ਰੈਸ਼ਰ ਹੈ ਕਿ ਕੌਣ ਤੁਹਾਨੂੰ ਰੋਕ ਰਿਹਾ ਇਸ ਕਰਨ ਤੋਂ? ਮੈਂ ਆਸ ਕਰਦੀ ਹਾਂ ਕਿ ਸਰਕਾਰ ਦੁਬਾਰਾ ਸੋਚੇ ਅਤੇ ਉਮੀਦ ਕਰਦੀ ਹਾਂ ਅਦਾਲਤ ਇਕਲੌਤਾ ਰਾਸਤਾ। ਹੁਣ ਸਰਕਾਰ ਕਹਿ ਰਹੀ ਹੈ ਅਦਾਲਤ ਕੋਲ ਜਾਓ, ਲੋਕਾਂ ਨੂੰ ਕਹਿ ਰਹੀ ਹੈ, ਮਤਲਬ ਉਹ ਟੋਟਲੀ ਫੇਲ ਹੋ ਚੁੱਕੀ ਹੈ, ਆਪਣੇ ਆਪ ਨੂੰ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਨਾਕਾਮ ਰਹਿ ਗਈ ਹੈਗੀ, ਫੇਲ ਹੋ ਗਈ ਹੈਗੀ। ਇਸ ਤੋਂ ਵੱਡਾ ਫੇਲੀਅਰ ਕੀ ਹੋ ਸਕਦਾ ਹੈ ਸਰਕਾਰ ਦਾ? ਅੱਜ ਅਦਾਲਤ ਨੂੰ ਅਪੀਲ ਕਰਦੀ ਹਾਂ, ਸੁਪਰੀਮ ਕੋਰਟ ਨੂੰ ਅਪੀਲ ਕਰਦੀ ਹਾਂ ਕਿ ਪ੍ਰੋਟੈਸਟ ਕਰਨਾ ਤੁਸੀਂ ਆਪ ਕਿਹਾ ਇਹਨਾਂ ਦਾ ਡੈਮੋਕਰੈਟਿਕ ਰਾਈਟ ਹੈ। ਇਹ ਇਹਨਾਂ ਦੀ ਜ਼ਮੀਨ ਦੀ, ਇਹਨਾਂ ਦੀ ਕਮਾਈ ਦੀ, ਇਹਨਾਂ ਦੀ ਰੋਟੀ ਦੀ ਗੱਲ ਹੈ। ਸੁਪਰੀਮ ਕੋਰਟ ਨੂੰ ਬੇਨਤੀ ਕਰਾਂਗੀ ਕਿ ਲੋਕਾਂ ਦੀ ਸੁਣੋ ਅਤੇ ਉਹਨਾਂ ਦੇ ਨਾਲ ਇਨਸਾਫ਼ ਜ਼ਰੂਰ ਕਰੋ। ये देखिए, इसके बारे में मैं कुछ नहीं, एक 26 जनवरी का दिन देश के लिए एक बहुत ही ऐतिहासिक
दिन होता है, इसकी बहुत भावनाएं देशवासियों की जुड़ी हुई है। इसको कोई हल्के पुलके तरीके से नहीं समझना चाहिए। हाँ, किसानों की जो उनकी मंशा है उसके साथ बिल्कुल मैं सहमत हूँ, लेकिन ना ही मुझे किसी ने इस आंदोलन में शामिल होने के लिए सद्दा दिया है और ना ही मैं समझती हूँ कि एक शांतिपूर्वक आंदोलन को ऐसा कुछ किया जाए, क्योंकि इस चीज़ में उस तरफ वो जब बढ़ेंगे तो सरकार अपना काम करेगी। और मैं दोनों तरफों को ये अपील करती हूँ कि बहुत एक एक जान बहुत कीमती है, कोई ऐसा कदम ना उठाया जाए जिससे एक भी जान का नुकसान हो। मेरी तो यही बेनती है।